वाहिगुरु जी का खालसा, वाहिगुरु जी की फतेह। एक बज के 12 मिनट हो गया तकरीबन, जानी के सवा एक का टाइम है रात का साढ़े, ते असी हुणे बाबा जिहड़े बिंदर सिंह जी साढ़े कोल हुणे आए आ, तुहानूं दस्सिया जिवें असी जलंधर डिस्ट्रिक्ट तों स्टेशन रेलवे स्टेशन दे एग्जैक्ट गेट दे उपर बैठे सी वीर, जिन्हां नूं तुसीं हुणे हुण तों 1.5 घंटा पहलां देखिया, दुबारा लाइव हो रहे हां। ਤੇ ਉਹੀ ਵੀਰ ਆ ਜਿਹਨੂੰ ਹੁਣ ਅਸੀਂ ਲੈ ਕੇ ਆਏ ਆ, ਇਸ਼ਨਾਨ ਕਰਾ ਕੇ, ਕੱਪੜੇ ਚੇਂਜ ਕਰਾ ਕੇ, ਬਾਬਾ ਜੀ ਨੂੰ ਹੁਣੇ ਅਸੀਂ ਤਿਆਰ ਕਰਾ ਕੇ ਕਰਕੇ ਵਿਸਤਾਰ ਬੰਨ ਗਿਆ। ਉਹੀ ਵੀਰ ਇਹ ਪੰਜਾਬੀ ਭਰਾ ਆਪਣਾ ਗੁਰਸਿੱਖ ਵੀਰ, ਜਿਹਨੂੰ ਅਸੀਂ ਆਪਾਂ ਹੁਣੇ 2 ਘੰਟੇ ਪਹਿਲਾਂ ਲਾਈਵ ਦੇਖਿਆ ਸੀ ਇੰਨੀ ਮਾੜੀ ਹਾਲਤ ਦੇ ਵਿੱਚ, ਤੇ ਇਹਦੇ ਵੀਰ ਦੇ ਪੈਰ ਦੀ ਤੁਸੀਂ ਹਾਲਤ ਦੇਖ ਸਕਦੇ ਹੋ, ਬਿਲਕੁਲ ਸਾਫ਼ ਹੋ ਗਿਆ। ਕੀੜਿਆਂ ਦੀ ਥੱਲੇ ਬਾਲਟੀ ਦੇਖੋ ਤੁਸੀਂ, ਤਾਰਪੀਨ ਦਾ ਤੇਲ ਪਾ ਕੇ ਅਸੀਂ ਸਫਾਈ ਕਰੀ ਹੈ ਕੀੜਿਆਂ ਦੀ, ਬਾਲਟੀ ਦੇ ਵਿੱਚ ਤਕਰੀਬਨ ਜੇ ਵੇਟ ਕੀਤਾ ਜਾਵੇ ਯਾਨੀ ਕਿ 250 ਗ੍ਰਾਮ ਦੇ ਕਰੀਬ ਮੈਗਟਸ ਜਿਹਨੂੰ ਡਾਕਟਰ ਕਹਿੰਦੇ ਆ, ਮਰੀ ਹੋਈ ਇਨਸਾਨੀਅਤ ਬਾਲਟੀ ਦੇ ਵਿੱਚ ਪਈ ਹੈ। ਤੇ ਬਾਬੇ ਜੀ ਦੀਆਂ 3 ਉਂਗਲਾਂ, ਆਹ ਚੀਚੀ ਆ ਬਾਬੇ ਬਿੰਦਰ ਸਿੰਘ ਦੀ, ਆਹ ਵਾਲੀ ਪਈ ਆ, ਤੇ ਆਹ 2 ਨੰਬਰ ਵਾਲੀ ਉਂਗਲ ਆ, ਆਹ 3 ਨੰਬਰ ਵਾਲੀ ਉਂਗਲ ਬਿਲਕੁਲ ਹੀ ਖਤਮ ਹੋ ਗਈ, 4 ਨੰਬਰ ਵਾਲੀ ਅੰਗੂਠਾ। ਜਾਣੀ ਕਿ ਜਿੰਨਾ ਕੁ ਅਸੀਂ ਡਾਕਟਰਾਂ ਨਾਲ ਵੀ ਫੋਨ ਤੇ ਗੱਲ ਕਰਕੇ ਹਟੇ ਹਾਂ, ਰਾਤ ਨੂੰ ਡਾਕਟਰ ਸਾਹਿਬ ਅਵੇਲੇਬਲ ਨਹੀਂ ਸੀਗੇ, ਅਸੀਂ ਕੋਸ਼ਿਸ਼ ਕਰਾਂਗੇ ਹੁਣ ਹਸਪਤਾਲ ਲੈ ਕੇ ਜਾਣ ਦੀ ਇਸ ਤੋਂ ਬਾਅਦ ਇਹਨਾਂ ਨੂੰ, ਤੇ ਪੈਰ ਇਹਨਾਂ ਦਾ ਕੱਟਣਾ ਹੀ ਪੈ ਸਕਦਾ ਵਾ, ਕਿਉਂਕਿ ਪੈਰ ਦੀ ਹਾਲਤ ਆ ਜਿਹੜੀ ਤੁਸੀਂ ਦੇਖ ਸਕਦੇ ਹੋ। ਅਸੀਂ ਕੋਈ ਇਹਨਾਂ ਦੇ ਸਾਕ ਸੰਬੰਧੀ ਜਾਂ ਰਿਸ਼ਤੇਦਾਰ ਨਹੀਂ, ਵੀ ਅਸੀਂ ਇਹਨਾਂ ਦਾ ਕੋਈ ਅੰਗ ਕਟਵਾਉਣ ਦੇ ਹੱਕਦਾਰ ਅੱਜ ਤੱਕ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਜੂਨ ਦੇ ਮਹੀਨੇ ਤੋਂ ਅਸੀਂ ਸਟਾਰਟ ਹੋਈ ਹੈ ਸੇਵਾ, ਤੇ ਅੱਜ ਤੱਕ ਕਿਸੇ ਦਾ ਅੰਗ ਨਹੀਂ ਕਟਵਾਇਆ ਗਿਆ ਸਾਡੀ ਸੰਸਥਾ ਨੇ, ਤੇ ਨਾ ਹੀ ਅਸੀਂ ਕਦੇ ਇਸ ਚੀਜ਼ ਨੂੰ ਪਹਿਲ ਦਿੱਤੀ ਹੈ ਵੀ ਕਿਸੇ ਦਾ ਅੰਗ ਕਟਵਾਇਆ ਜਾਵੇ। ਪਰ ਜਿਹੜੀ ਬਾਬਾ ਜੀ ਦੇ ਪੈਰ ਦੀ ਹਾਲਤ ਆ ਵੀਰ ਦੇ, ਜਿੰਦਰ ਦੇ, ਬਿੰਦਰ ਦੇ, ਤੇ ਉਹ ਬੜੀ ਤਰਸਯੋਗ ਆ, ਮਰੀ ਹੋਈ ਇਨਸਾਨੀਅਤ ਦੀ ਤਸਵੀਰ ਆ ਇਹ ਜਿਉਂਦੀ ਜਾਗਦੀ, ਅਸੀਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਿਆ ਜਿਵੇਂ, ਤੇ ਇਹਨਾਂ ਦੇ ਪੈਰ ਨੂੰ ਕਟਵਾਉਣਾ ਪੈ ਸਕਦਾ। ਜੇ ਕੋਈ ਵੀਰ, ਭੈਣ ਭਰਾ ਕੋਈ ਵੀ ਇਹ ਵੀਰ ਨੂੰ ਪਛਾਣਦਾ, ਤੁਸੀਂ ਇਹਨਾਂ ਦਾ ਫੇਸ ਦੇਖ ਸਕਦੇ ਹੋ, ਤਕਰੀਬਨ ਉਮਰ 35 ਤੋਂ 40 ਸਾਲ ਦੇ ਨੇੜੇ ਆ, 40 ਸਾਲ ਦੀ ਉਮਰ ਚੋਂ ਪਤਾ ਨੀ ਕਿੰਨੇ ਲੱਖਾਂ ਅੱਖਾਂ ਨੇ ਬਾਪ ਇਹਨਾਂ ਨੂੰ ਦੇਖਿਆ ਹੋਊ ਹੁਣ ਤੱਕ, ਤੇ ਜੇ ਕੋਈ ਪਛਾਣਦਾ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਸਾਨੂੰ ਡਿਸਟ੍ਰਿਕਟ ਜਾਂ ਪਿੰਡ ਨੀ ਵੀਰ ਦੱਸ ਸਕਿਆ ਹਜੇ ਤੱਕ, ਸਿਰਫ ਆਪਣਾ ਨਾਮ ਬਿੰਦਰ ਦੱਸਿਆ। ਬਾਬਾ ਜੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਇੰਨੀ ਮਾੜੀ ਆ, ਅਸੀਂ ਬਿਆਨ ਨੀ ਕਰ ਸਕਦੇ ਇਸ ਟਾਈਮ ਅਸੀਂ ਕਿਸ ਸਿਚੁਏਸ਼ਨ ਚ ਬੈਠੇ ਹਾਂ ਇੱਥੇ, ਤੇ ਹਾਲਾਤ ਬਾਬਾ ਜੀ ਦੇ ਕੀ ਆ। ਇਸ ਕਰਕੇ ਅਸੀਂ ਸਿਰਫ ਬੇਨਤੀ ਹੀ ਕਰ ਸਕਦੇ ਹਾਂ ਵੀ ਜੇ ਕੋਈ ਵੀਰ ਪਛਾਣਦਾ ਇਹਨਾਂ ਨੂੰ ਬਿੰਦਰ ਸਿੰਘ ਜੀ ਨੂੰ, ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਕੋਈ ਇਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਜੇ ਸੰਪਰਕ ਕਰੇ, ਉਹਦੇ ਹੀ ਸਾਈਨ ਕਰਨ ਤੋਂ ਬਾਅਦ, ਕੰਸੈਂਟ ਲੈਟਰ ਸਾਈਨ ਹੋਣ ਤੋਂ ਬਾਅਦ ਹੀ ਇਹ ਪੈਰ ਕੱਟਿਆ ਜਾ ਸਕਦਾ ਬਾਬਾ ਜੀ ਦਾ ਜਾਂ ਅੰਗ ਦਾ, ਇਹਦਾ ਕੋਈ ਆਪਰੇਸ਼ਨ ਹੋ ਸਕਦਾ, ਕਿਉਂਕਿ ਅਸੀਂ ਜਿਹੜੀ ਕੰਡੀਸ਼ਨ ਦੇਖ ਰਹੇ ਹਾਂ ਵੀ ਇਹ ਸਾਫ਼ ਹੋਣ ਵਾਲੀ ਨਹੀਂ ਹੈਗੀ, ਠੀਕ ਹੋਣ ਵਾਲਾ ਨਹੀਂ ਹੈਗਾ ਪੈਰ ਹਾਲਾਤ, ਇੰਨਾ ਪੈਰ ਤਾਂ ਅੱਡੀ ਵੱਜ ਸਕਦੀ ਆ, ਇਹ ਪੈਰ ਕੱਟਣਾ ਪੈਣਾ ਕਿਉਂਕਿ ਬਿਲਕੁਲ ਡੈਡ ਹੋ ਚੁੱਕਿਆ, ਉੱਪਰ ਤੱਕ ਖਤਮ ਹੋ ਗਈਆਂ ਹੱਡੀਆਂ ਨਾੜੀਆਂ ਬਿਲਕੁਲ ਖਤਮ ਹੋ ਗਈਆਂ। ਇਹ ਮਰੀ ਹੋਈ ਇਨਸਾਨੀਅਤ ਨੇ ਅੱਜ ਇਹ ਚੀਜ਼ ਦਾ ਬਾਬਾ ਜੀ ਦੇ ਕੰਗ ਕੱਟਣ ਲਈ ਇਹਨੂੰ ਮਜਬੂਰ ਕਰਤਾ, ਜੇ ਅੱਜ ਤੋਂ 10 ਦਿਨ ਪਹਿਲਾਂ ਜਾਂ 15 ਦਿਨ ਪਹਿਲਾਂ ਕੋਈ ਦੇਖ ਲੈਂਦਾ ਤਾਂ ਸਾਨੂੰ। ਆ ਹੁਣੇ ਵੀਰ ਨੇ ਦੱਸਿਆ ਇੱਕ ਕਮੈਂਟ ਆਇਆ ਵਾ, ਪਹਿਲਾਂ ਤਰਨ ਤਾਰਨ ਚ ਸੀ ਇਹ ਬਾਬਾ ਜੀ, ਕਿਸੇ ਵੀਰ ਨੇ, ਇਹ ਹੈਗੇ ਨੇ ਗੌਰਵ, ਗੌਰਵ ਬੰਬਾ, ਤੇ ਇਸ ਵੀਰ ਨਾਲ ਅਸੀਂ ਸੰਪਰਕ ਵੀ ਕਰਦੇ ਹਾਂ ਦੂ ਬਾਅਦ ਚ ਜੇ ਕੋਈ ਪਤਾ ਲੱਗ ਸਕੇ, ਪਰ ਜੇ ਕੋਈ ਪਛਾਣੇ ਤਾਂ ਬਾਬਾ ਜੀ ਦੇ ਬਾਰੇ, ਬਿੰਦਰ ਸਿੰਘ ਜੀ ਦੇ ਬਾਰੇ ਸਾਨੂੰ ਜ਼ਰੂਰ ਜਾਣਕਾਰੀ ਦੇਵੇ। ਬਹੁਤ ਮਾੜੀ ਹਾਲਤ ਦੇ ਵਿੱਚ ਬਾਬਾ ਜੀ, ਸਾਡਾ ਨੰਬਰ 97803000 ਸੰਸਥਾ ਦੇ ਇਸ ਨੰਬਰ ਤੇ ਸਾਡੇ ਤੇ ਤੁਸੀਂ ਸੰਪਰਕ ਕਰਕੇ ਸਾਨੂੰ ਜਾਣਕਾਰੀ ਦੇ ਸਕਦੇ ਹਾਂ। ਤੇ ਅਸੀਂ ਫੇਰ ਦੁਬਾਰਾ ਬੇਨਤੀ ਕਰਦੇ ਹਾਂ ਵੀ ਜੀ ਇੱਦਾਂ ਦੀ ਹਾਲਤ ਜੇ ਵੀਰ ਕੋਈ ਮਿਲਦਾ, ਦੇਖੋ 2 ਘੰਟਿਆਂ ਦੇ ਵਿੱਚ ਹੀ ਨੁਹਾਰ ਬਦਲ ਗਈ, ਸ਼ਕਲ ਬਦਲ ਗਈ, ਉਹੀ ਵੀਰ ਆ ਜਿਹੜਾ ਪੰਜਾਬੀ ਭਰਾ, ਜਿਹੜਾ ਆਪਾਂ ਨੂੰ ਹੁਣ ਇਸ ਟਾਈਮ ਏਦਾਂ ਲੱਗਦਾ ਸੀ ਜਿਵੇਂ ਕਿਤੇ ਸੀਰੀਆ ਕਿਸੇ ਲੜਾਈ ਤੋਂ ਆਇਆ ਹੋਵੇ, ਸੀਰੀਆ ਦੀ ਤੋਂ, ਪਰ ਇਨਸਾਨੀਅਤ ਦੇ ਨਾਲ ਲੜ ਰਿਹਾ ਸੀ ਆਪਣੀ ਮਰੀ ਹੋਈ ਇਨਸਾਨੀਅਤ ਦੇ ਨਾਲ ਲੋਕਾਂ ਦੀ। ਤੇ ਜ਼ਰੂਰ ਸਾਡੇ ਨਾਲ ਸੰਪਰਕ ਕਰਿਆ ਕਰੋ ਜੀ, ਤੇ ਜੇ ਹੁਣ ਵੀਰ ਦਾ ਕੋਈ ਪਤਾ ਲੱਗਦਾ ਤਾਂ ਹੱਥ ਬੰਨ ਕੇ ਬੇਨਤੀ ਹੈ ਸਾਨੂੰ ਜ਼ਰੂਰ ਸੰਪਰਕ ਕਰੋ। ਸਾਡੇ ਫੋਨ ਇਸ ਟਾਈਮ ਖੁੱਲ੍ਹੇ ਆ ਜੀ, ਜਦੋਂ ਮਰਜ਼ੀ ਐਨੀ ਟਾਈਮ ਫੋਨ ਕਰ ਸਕਦੇ ਹੋ ਜੀ। ਇਹੀ ਜਾਣਕਾਰੀ ਦੇਣੀ ਸੀਗੀ ਵੀ ਬਾਬਾ ਜੀ ਹੁਣ ਅੱਗੇ ਨਾਲੋਂ ਬਹੁਤ ਜ਼ਿਆਦਾ ਠੀਕ ਆ, ਪੇਨ ਵੀ ਘੱਟ ਗਈ ਹੈ, ਤਕਲੀਫ਼ ਵੀ ਘੱਟ ਗਈ ਹੈ, ਕੁਛ ਗੱਲਾਂ ਵੀ ਠੀਕ ਕਰਦੇ ਆ, ਪਰ ਹਜੇ ਪੂਰਾ ਉਹਦਾ ਐਡਰੈਸ ਜਾਂ ਆਪਣਾ ਪੂਰਾ ਪਤਾ ਨਹੀਂ ਦੱਸ ਸਕਦੇ ਹੋ।
ਬਸ ਇੰਨੀ ਹੀ ਜਾਣਕਾਰੀ ਦੇਣੀ ਸੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।